ਇਹ ਕਦਾ ਵਜ਼ੀਰੇ ਵਾਲਾ ਹੋਇਆ ਇਹਦਾ ਤੇ ਉਹ ਹਿਸਾਬ ਹੋ ਗਿਆ ਨਾ ਖੁਸਰੇ ਨਾ ਖੁਸਰਾ ਸੁੱਤਾ ਨਾ ਕੋਈ ਦਿੱਤਾ ਤੇ ਨਾ ਕੋਈ ਲਿੱਤਾ ਜੋ ਉਹਨਾਂ ਦੇ ਪੇਟ ਹੀ ਭੁੱਖੇ ਨੇ ਬੱਚੇ ਮਰ ਰਹੇ ਨੇ ਆਪ ਮਰ ਰਹੇ ਨੇ ਔਰ ਉਹਨਾਂ ਨੂੰ ਨਾ ਖਾਣ ਨੂੰ ਨਾ ਪੀਣ ਨੂੰ ਨਾ ਕਪੜਾ ਨਾ ਟਾਕੀ ਕੀ ਕਰੇਗੇ ਵੋਟ ਹਮਨੇ ਦਿੱਤਾ ਸਹੀ ਸੇ ਪਰ ਗਲਤੀ ਹੋ ਗਈ ਜਦੋਂ ਇਹਨੇ ਦੁਆਈ ਨਹੀਂ ਲੈਦੀ ਤੇ ਕੋ ਕਿੱਥੇ ਚੱਲਣਾ ਸੀ ਔਰ ਨਵਾਜ਼ ਸ਼ਰੀਫ ਕੋ ਅੱਜ ਵੀ ਸਲਾਮ ਕਰਤੇ ਹੈ ਔਰ ਇਨਸ਼ਾਅੱਲਾ ਕਰਤੇ ਰਹੇਗੇ ਮੈਂ ਕੋ ਜਲਸੇ ਵੇ ਗਿਆ ਹੋ ਤਾਂ ਬੜੀ ਆਵਾਮ ਸੀ ਉਹਨਾਂ ਨੇ ਬਸ ਕਵਰੀ ਉਹਨਾਂ ਨੇ ਕੰਮ ਦਿਖਾਈ अच्छा वजीर आला पंजाब ਨੂੰ ਪਸੰਦ ਕਰਦੇ ਹੋ ਕਿ ਨਹੀਂ ਉਹ ਨੰਬਰ 1 ਵਜ਼ੀਰ ਆਲਾ ਇਮਰਾਨ ਖਾਨ ਸਾਹਿਬ ਨੇ ਕਿਹਾ ਹੈ ਹਾਏ ਉਹ ਕਹਦਾ ਵਜ਼ੀਰ ਆਲਾ ਬੱਸਾਂ ਦੇ ਲੇਲੇ ਚੜਦਾ ਪਿੰਡਾਂ 'ਚ ਕੁਕਲੜ ਆਂਦਾ ਇਹ ਕਹਦਾ ਵਜ਼ੀਰ ਆਲਾ ਹੋਇਆ ਇਹਦਾ ਤੇ ਉਹ ਹਿਸਾਬ ਹੋ ਗਿਆ ਨਾ ਖੁਸਰੇ ਨਾ ਖੁਸਰਾ ਸੁੱਤਾ ਨਾ ਕੋਈ ਦਿੱਤਾ ਤੇ ਨਾ ਕੋਈ ਲੀਤਾ ਸਾਡੇ ਵਜ਼ੀਰ ਆਲਾ ਦੇ ਇੱਕੋ ਹੀ ਸ਼ਾਨ ਸੀ ਮੀਆਂ ਸ਼ਬਾਸ਼ ਸ਼ਰੀਫ ਉਹ ਸ਼ਬਾ ਉਹ ਅੱਛੇ ਸਨ ਹਾਂਜੀ ਉਹ ਅੱਛੇ ਸਨ ਤੇ ਉਹਨਾਂ ਵੀ ਆਣਾ ਵਾਪਸ ਮਤਲਬ ਕਰਪਸ਼ਨ ਕਰਦੇ ਰਹੇ ਉਹ ਕਰਪਸ਼ਨ ਕਰਪਸ਼ਨ ਨਹੀਂ ਕਰਦੇ ਰਹੇ ਇਹਦਾ ਤੁਹਾਨੂੰ ਦੱਸਿਆ ਨਾ ਕੁਸਰੇ ਨਾ ਕੁਸਰਾ ਸੁੱਤਾ ਨਾ ਕੋ ਦਿੱਤਾ ਤੇ ਨਾ ਕੋ ਲਿੱਤਾ ਇਮਰਾਨ ਖਾਨ ਸਾਹਿਬ ਕਿਉਂ ਤਾਰੀਫਾਂ ਕਰ ਰਹੇ ਨੇ ਓਏ ਉਹਨੇ ਤਾਰੀਫਾਂ ਕਰਨੀਆਂ ਹੀ ਕਰਨੀਆਂ ਉਹ ਸਾਰੇ ਝੋੜ ਨੇ ਤਾਰੀਫਾਂ ਨਾ ਕਰਨੀਆਂ ਜਿਹਦਾ ਲੀਡਰ ਹੁੰਦਾ ਉਹਦੀ ਤਾਰੀਫ ਕਰਨੀ ਹੈ ਮਗਰ ਕਬ ਸੇ ਕਬ ਗਰੀਬਾਂ ਦਾ ਇਹ ਧਿਆਨ ਕਰੇ ਕਿੰਨੇ ਕੋ ਗਰੀਬ ਰਾਤ ਨੂੰ ਭੁੱਖੇ ਸੌ ਰਹੇ ਨੇ ਗਰੀਬਾਂ ਦਾ ਧਿਆਨ ਕਰੇ ਹੋਰ ਕੁਝ ਵੀ ਨਾ ਹੋਵੇ ਉਹਨਾਂ ਦੇ ਪੇਟ ਨਾਲ ਘਟੇਲਾਂ ਨੂੰ ਜਵਾਬ ਨਹੀਂ ਸੁਦੇਣਾ ਜਾ ਕੇ ਇਹਦੇ ਦੂਸਰੀ ਚੀਜ਼ਾਂ ਕੀ ਕਹਿ ਰਹੀਆਂ ਨੇ ਇਹ ਦੋ ਜੋ ਮਰਜ਼ੀ ਬਣਾਏ ਮਗਰ ਲੋਕਾਂ ਦੇ ਪੇਟ ਨਾ ਘਟੇ ਲੋਕਾਂ ਨੂੰ ਇਹਨੇ ਮਾਰ ਛੜਿਆ ਉਤੋਂ ਕਰੋਨਾ ਮਰੂਨਾ ਕਹਿ ਰਿਹਾ ਕਰੋਨਾ ਕੀ ਜਾਵੇ ਉਹ ਅੱਲਾ ਦੀ ਜ਼ਾਤ ਹੈ ਕੱਟੇਗੀ ਇਨਸ਼ਾਅੱਲਾ ਅੱਲਾ ਦੀ ਜ਼ਾਤ ਕਰਮ ਕਰੇਗੀ ਇਹ ਹਾਲੇ ਬਾਜ਼ ਆ ਜਾਵੇ ਰਹਿਮ ਕਰੇ ਲੋਕਾਂ ਉਤੇ ਉਹਨਾਂ ਨੂੰ ਰੋਟੀ ਦੇਵੇ ਉਹਨਾਂ ਦਾ ਜਿਹੜਾ ਆਟਾ ਚੌਲ ਹਰ ਚੀਜ਼ ਖੋਲ ਦੇਵੇ ਸਿਰਫ ਇਹਨਾਂ ਸਸਤੀਆਂ ਕਰ ਦੇਵੇ ਗਰੀਬ ਆਪੇ ਦੁਆ ਦੇਣਗੇ ਇਹਨੂੰ ਜਦੋਂ ਇਹਨੇ ਦੁਆ ਹੀ ਨਹੀਂ ਲੈਣੀ ਤੇ ਕੋਈ ਕਿੱਥੇ ਚੱਲਣਾ ਸੀ ਇਹ ਗਰੀਬਾਂ ਦੀ ਦੁਆ ਨਹੀਂ ਲੈ ਰਹੇ ਨਹੀਂ ਲੈ ਰਹੇ ਦੁਆ ਭੁੱਖੇ ਤੇ ਮਰਦੇ ਨੇ ਕੀ ਦੁਆ ਲਏਗਾ ਇਹਦੇ ਦੂਜੇ ਚੀਜ਼ਾਂ ਨੂੰ ਕੀ ਕਰਾਂਗੇ ਹਕੂਮਤ ਦੇ ਚੀਜ਼ਾਂ ਨੂੰ ਜੋ ਉਹਨਾਂ ਦੇ ਪੇਟ ਹੀ ਭੁੱਖੇ ਨੇ ਬੱਚੇ ਮਰ ਰਹੇ ਨੇ ਆਪ ਮਰ ਰਹੇ ਨੇ ਔਰ ਉਹਨਾਂ ਨੂੰ ਨਾ ਖਾਣ ਨੂੰ ਨਾ ਪੀਣ ਨੂੰ ਨਾ ਕਪੜਾ ਨਾ ਟਾਕੀ ਕੀ ਕਰੇਗੇ ਉਹ ਲੰਗਰ ਗਰੀਬਾਂ ਲੰਗਰ ਖਾਣੇ ਬਣਾਉਂਦੇ ਹੋ ਗਰੀਬਾਂ ਵਾਸਤੇ ਕੀ ਬਣਾਉਂਦੇ ਜਦੋਂ ਮਰ ਜਾਣਗੇ ਸਾਰੇ ਫੇਰ ਗਰੀਬਾਂ ਨੇ ਲੰਗਰ ਬਣਾਏਗਾ ਉਹ ਤੇ ਜੋ ਟਾਈਮ ਸੀ ਉਹਨਾਂ ਤੋਂ ਕੀਤਾ ਕੁਛ ਨਾ ਸਹੂਲਤ ਬਾਜ਼ਾਰ ਆਂਦੇ ਨੇ ਬਣਾਏ ਨੇ ਆਟਾ ਵੀ ਅੱਜ ਜਦੋਂ ਬਣਾਏਗਾ ਉਦੋਂ ਦੁਆ ਲੈ ਲੇਗਾ ਨਹੀਂ ਬਣਾਏ ਨੇ ਆਂਦੇ ਨੇ ਸਹੂਲਤ ਬਾਜ਼ਾਰ ਉਦੋਂ ਬਣਾਏ ਨੇ ਗਾ ਕੇ ਦਾ ਜ਼ਮਾਨਾ ਜਦੋਂ ਆਏਗਾ ਉਦੋਂ ਫੇਰ ਵੇਖੀ ਜਾਏਗੀ अच्छा एक तरफ कोरोना की लहर दोबारा फैल रही है दूसरी तरफ ये अपोजिशन कहते हैं जलसे कर रहे हैं जी तो इनको जलसे करने चाहिए बिल्कुल करने चाहिए क्यों करने चाहिए मुल्क को तरक्की के लिए करने चाहिए हमारा जिस तरह मुल्क डूब गया हुआ है इस तरह इनको जलसे करने चाहिए तो आप इमरान खान को सपोर्ट नहीं करते नहीं इमरान खान को किस बात से सपोर्ट करें क्या किया उसने हमारे आपने वोट किसको दिया वोट हमने दिया था इसे पर गलती हो गई अब माजत कर ली इंशाल्लाह अगली दफा नून लीग को वोट देंगे क्यों आपने पीडीए को क्यों छोड़ दिया इतनी अच्छी कारकर्दगी कहते जा रही है क्या कारकर्दगी कोई अच्छी कारकर्दगी नहीं है क्या कहेंगे एक तरफ कोरोना की दूसरी लहर फैल रही है और दूसरी तरफ अपोजिशन जलसे कर रही है सही कहा फिर मैं कुछ जलसे पे गया था बड़ी आवाम थी उन्होंने बस अब कवरी उन्होंने काम दिखाई है लेकिन मैंने देखा बड़ी आवाम थी इनके जलसे तो कहते हैं आवाम ने मुस्तरद कर दिया कोई आवाम आती है नहीं मैं गया मुझे पता ये पूरी गाड़ियों में कहते हैं भर भर के ला रहे हैं पैसे दे दे कर ओ नहीं ये एवं बट ड्रामे बात है हर बंदा अपने मतलब आसानी से जलसा गांव में पहुंच जाते हैं लोग जी यार आराम से कौन से हमते हैं कोई रुकावट है कुछ भी नहीं हम तो इंशाल्लाह शुरू से नवाज शरीफ मुस्लिम नून लीग को पसंद करते हैं इंशाल्लाह करते रहेंगे जो उनके दौर में चीज़ों की कीमत थी वो बहुत आसानी से थी आपकी कीमतें तो आसमान से बातें करती हैं तो इंशाल्लाह नवाज शरीफ को भी तो कहते हैं नवाज शरीफ साहब आपका साथ छोड़ के चले गए भाई वो नहीं उन्होंने आना चलो इंशाल्लाह जो नसीब में लिखा है वो इंशाल्लाह ज़रूर मिलेगा और नवाज शरीफ को आज भी सलाम करते हैं और इंशाल्लाह करते रहेंगे बहुत शुक्रिया